India celebrates Shri Mahashivratri today, for which temples are decorated with striking decorations. Shiv devotees visit the mandir to seek the blessings of Lord Shiva and Ma Parvati. The environment gets pious with religious slogans and vibrations of Jai Shiv Shankar. Mahashivratri is celebrated across India, and in Punjab, breathtaking Shobha Yatras are organized at different locations. ਮੰਦਰ ਜਿਹੜਾ ਨਾ ਇਹ 500 ਸਾਲ ਪੁਰਾਣਾ ਆ ਇਹ ਅਕਬਰ ਜਿਹੜਾ ਹੈਗਾ ਨਾ ਇਹ ਉਹਨੇ ਬਣਾਇਆ ਇਹ ਸ਼ੰਕਰ ਭਗਵਾਨ ਜੀ ਜਿਹੜੇ ਨਾ ਆਪਣੇ ਆਪ ਹੀ ਹਰ ਸਾਲ ਦੀ ਸਾਲ ਜਿਹੜਾ ਚਾਵਲ ਦੇ ਦਾਣੇ ਜਿੰਨਾ ਵੱਧਦੇ ਆ ਮੰਦਰ ਦਾ ਇਤਿਹਾਸ ਇਹ ਜਿਹੜਾ ਅਕਬਰ ਹੈਗਾ ਨਾ ਇਹ ਉਹਨੇ ਬਣਾਇਆ ਵਾ ਇਹ ਪਹਿਲਾਂ ਪਿੰਡੀ ਰੂਪ 'ਚ ਥੋੜ੍ਹੇ ਜ਼ਮੀਨ 'ਚੋਂ ਬਾਹਰ ਸੀ ਅਤੇ ਅਕਬਰ ਦੀ ਸੈਨਾ ਨੇ ਇੱਥੇ ਡੇਰਾ ਲਾਇਆ ਜਦੋਂ ਉਹਦੀ ਸੈਨਾ ਘੋੜੇ ਤੋਂ ਜਾਂਦੀ ਦੇ ਉੱਪਰੋਂ ਦੀ ਜਿਹੜੇ ਘੋੜੇ ਦਾ ਪੈਰ ਲੱਗਦਾ ਸੀ ਪਿੰਡੀ ਦੇ ਨਾਲ ਉਹ ਘੋੜਾ ਲੰਗੜਾ ਹੋ ਜਾਂਦਾ ਸੀਗਾ ਇੱਦਾਂ ਕਰਦੇ ਜਿੰਨੇ ਵੀ ਘੋੜੇ ਸੀ ਨਾ ਸਾਰੇ ਲੰਗੜੇ ਹੋ ਜਾਂਦੇ ਆ ਉਹ ਆਪਣੇ ਮੰਤਰੀ ਨੂੰ ਕਹਿੰਦੇ ਅਤੇ ਮੰਤਰੀ ਕਹਿੰਦਾ ਕਿ ਤੁਸੀਂ ਜ਼ਮੀਨ ਪੁੱਟੋ ਦੇਖੋ ਕੀ ਕਾਰਨ ਆ ਜਦੋਂ ਉਹਨਾਂ ਨੇ ਪੰਜ ਸੱਤ ਫੁੱਟ ਜ਼ਮੀਨ ਪੁੱਟੀ ਨਾ ਸ਼ੰਕਰ ਭਗਵਾਨ ਜੀ ਦੇ ਦਰਸ਼ਨ ਹੋਏ ਉਹਨੇ ਮੰਤਰੀ ਨੇ ਜਾ ਕੇ ਆਪਣੇ ਰਾਜਾ ਨੂੰ ਕਿਹਾ ਉਸ ਟਾਈਮ 'ਤੇ ਰਾਜਾ ਅਕਬਰ ਸੀਗਾ ਅਤੇ ਅਕਬਰ ਜਿਹੜਾ ਆ ਉਹ ਧਰਮ ਨੂੰ ਨਹੀਂ ਮੰਨਦੇ ਮੁਸਲਮਾਨ ਆ ਮੰਤਰੀ ਕਹਿੰਦਾ ਵੀ ਇੱਦਾਂ ਸ਼ੰਕਰ ਭਗਵਾਨ ਜੀ ਦੇ ਉਹ ਬੜੇ ਚਮਤਕਾਰੀ ਹੈ ਅਕਬਰ ਕਹਿੰਦਾ ਕਿ ਚਮਤਕਾਰ ਕੁਝ ਨਹੀਂ ਹੁੰਦਾ ਤੁਸੀਂ ਜ਼ਮੀਨ ਪੁੱਟ ਕੇ ਇਹਨਾਂ ਨੂੰ ਅਲੱਗ ਕਰ ਦਿਓ ਜਦੋਂ ਅਕਬਰ ਨੇ ਇੰਨੀ ਗੱਲ ਕੀਤੀ ਤਾਂ ਸ਼ੰਕਰ ਭਗਵਾਨ ਜੀ ਨੇ ਅਕਬਰ ਨੂੰ ਦਰਸ਼ਨ ਦਿੱਤੇ ਅਤੇ ਨਾ ਕਿਹਾ ਕਿ ਸਾਡੀਆਂ ਤਾਂ ਜੜ੍ਹਾਂ ਪਤਾਲ ਥਾ ਕਿ ਤੂੰ ਸਾਨੂੰ ਕਿੱਥੋਂ ਤੱਕ ਪੁੱਟੇਗਾ ਜੇ ਤੂੰ ਇੱਦਾਂ ਕੀਤਾ ਤਾਂ ਤੇਰਾ ਪਰਿਵਾਰ ਜਿਹੜਾ ਨਾ ਖਤਮ ਕਰ ਦੇਣਾ ਅਕਬਰ ਮੰਨਿਆ ਨਹੀਂ ਅਗਲੇ ਦਿਨ ਸੈਨਾ ਆਉਂਦੀ ਆ ਪੁੱਟਣ ਲੈ ਪੈਂਦੀ ਆ ਉਹ ਜਿੱਦਾਂ ਜਿੱਦਾਂ ਪੁੱਟਦੀ ਹੈ ਉੱਦਾਂ ਉੱਦਾਂ ਇਹ ਸ਼ੰਕਰ ਭਗਵਾਨ ਜੀ ਵੱਡੇ ਹੁੰਦੇ ਜਾਂਦੇ ਪਿੰਡੀ ਰੂਪ ਤੋਂ ਅਤੇ ਜਦੋਂ ਸੂਏ ਮਾਰਦੇ ਨਾ ਅੰਦਰੋਂ ਖੂਨ ਦੀਆਂ ਧਾਰਾਂ ਨਿਕਲਦੀਆਂ ਹੈਗੀਆਂ ਉਹ ਜਿਹੜੀ ਜਿਹੜੀ ਸੈਨਾ ਦੇ ਉੱਤੇ ਪਈ ਨਾ ਚਿੱਟੇ ਖੂਨ ਦੇ ਉਹ ਸੈਨਾ ਖਤਮ ਹੋ ਜਾਂਦੀ ਮਰ ਜਾਂਦੀ ਆ ਫਿਰ ਅਕਬਰ ਰਾਜਾ ਜਿਹੜਾ ਨਾ ਉਹ ਡਰ ਜਾਂਦਾ ਆ ਕਿਤੇ ਮੇਰਾ ਪਰਿਵਾਰ ਨਾ ਖਤਮ ਹੋ ਜਾਵੇ ਫਿਰ ਉਹ ਮਾਫੀ ਮੰਗਦਾ ਅਤੇ ਫਿਰ ਇਹ ਮੰਦਰ ਬਣਾਉਂਦਾ ਅਕਬਰ ਦੁਬਈਓਂ ਆਇਆ ਹੈਗਾ ਔਰ ਮੈਂ ਕਲਾਨੌਰ ਜਦੋਂ ਆਇਆ ਇੱਥੇ ਅੱਜ ਸ਼ਿਵਰਾਤਰੀ ਸੀਗੀ ਔਰ ਇਹ ਬੜਾ ਇਤਿਹਾਸਿਕ ਮੰਦਰ ਹੈਗਾ ਔਰ ਸ਼ਿਵਜੀ ਮਹਾਰਾਜ ਦਾ ਮੰਦਰ ਹੈ ਔਰ ਮੈਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਸ਼ਿਵਰਾਤਰੀ ਦੀ ਔਰ ਰੱਬ ਸਾਰਿਆਂ ਨੂੰ ਖੁਸ਼ੀਆਂ ਤੰਦਰੁਸਤੀਆਂ ਬਖਸ਼ੇ ਔਰ ਸਾਰੇ ਜਿੰਨੇ ਵੀ ਇੱਥੇ ਧਾਰਮਿਕ ਔਰ ਸ਼ਰਧਾ ਲੈ ਕੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਣ